ਤਾਂ ਪੰਜਾਬ ਟੀਵੀ ਦੀ ਟੀਮ ਪਹੁੰਚ ਗਈ ਹੈ ਦਾਖਾ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਥੋਂ ਕਿ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਨਪ੍ਰੀਤ ਸਿੰਘ ਇਆਲੀ, ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ KNS ਕੰਗ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ। BJP ਦੇ ਗੜਜੋੜ ਦੇ ਵਿੱਚ ਇਹ ਸੀਟ ਪੰਜਾਬ ਲੋਕ ਕਾਂਗਰਸ ਦੇ ਕੋਲ ਆਈ ਹੈ। ਉਹਨਾਂ ਨੇ ਦਮਨਜੀਤ ਸਿੰਘ ਮੋਹੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ। ਜੇਕਰ ਗੱਲ ਕੀਤੀ ਜਾਵੇ ਸੰਯੁਕਤ ਸਮਾਜ ਮੋਰਚੇ ਦੀ ਤਾਂ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਹਰਪ੍ਰੀਤ ਸਿੰਘ ਮੱਖੂ ਨੂੰ ਇੱਥੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਤੇ ਚਲੋ ਫਿਰ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਦਾਖੇ ਤੋਂ ਜਿੱਤੇਗਾ ਕੌਣ। ਕੀ ਲੱਗ ਰਿਹਾ ਜੀ ਲੋਕਾਂ ਦਾ, ਕੀ ਮਾਹੌਲ ਹੈ ਇਸ ਵਾਰ, ਕੌਣ ਜਿੱਤ ਸਕਦਾ, ਕੀ ਲੱਗ ਰਿਹਾ? ਬਈ ਹਜੇ ਅਸੀਂ ਕੁਛ ਨਹੀਂ ਕਹਿ ਸਕਦੇ, ਮਾਹੌਲ ਤਾਂ ਲੋਕਾਂ ਦਾ ਸਾਡੇ ਤਾਂ ਯਾਰੀ ਨੂੰ ਜ਼ਿਆਦਾ ਕਹਿੰਦੇ ਆ ਪਿੰਡ ਦੇ। ਸੰਦੀਪ ਸੰਧੂ ਬਈ, ਅਸੀਂ ਤਾਂ ਕਹਿੰਦੇ ਸੀਟ ਜਿੱਤੂਗਾ, ਜਿਵੇਂ ਇਹਦੇ ਕੰਮ ਕੀਤੇ ਹੋਏ ਆ। ਇਸ ਵਾਰ ਤਾਂ ਰਲਵਾਂ ਮਿਲਵਾਂ ਜੀ, ਝਾੜੂ ਵਾਲੇ ਨੂੰ ਨਹੀਂ ਪੈਣੀ ਹੈਗੀ ਵੋਟ। ਉਹ ਪਾਣੀ, ਗੰਦਾ ਪਾਣੀ, ਗਟਰਾਂ ਦਾ ਗੰਦਾ ਪਾਣੀ ਖੜਾ, ਮੱਛਰ ਕੁੜੀ ਦਾ ਭੱਜਿਆ ਫਿਰਦਾ, ਗੇੜੇ ਮਾਰਦਾ, ਉਹ ਕਾਹਦੇ ਕਲੀਨਿੰਗ ਆ? ਉਹ ਦਵਾਈ ਲੈਣ ਉਹ ਗਾਈਆਂ ਆਉਂਦੀਆਂ ਕਿ ਉੱਥੇ ਬੰਦੇ ਜਾਂਦੇ ਹੁੰਦੇ ਆ? ਮੈਂ ਤਾਂ ਕਹਿੰਦਾ ਕਾਂਗਰਸ ਵਾਲੇ ਮੇਰਾ ਦੇ ਕੋਈ ਆਦਮੀ ਉਹਦੇ ਨਾਲ ਫੂਲਕਾ ਜਿਹਾ ਛੱਡ ਕੇ ਚੋਖਾ ਦੇ ਕਹਿੰਦੇ ਕਿ ਫਿਰ ਬਣ ਜਾਂਦਾ ਉਹ ਸੰਧੂ ਸਾਹਿਬ। ਝਾੜੂ ਵਾਲੇ ਲੈ ਕੇ ਜਾਣਗੇ ਸਾਡੇ ਹਿਸਾਬ ਨਾਲ, ਵੀ ਆਲੀ ਸਾਹਿਬ ਇੱਥੋਂ ਬਾਜੀ ਮਾਰ ਲੈ। ਦੱਖ ਤੋਂ ਸਰਦਾਰ ਮਨਪ੍ਰੀਤ ਸਿੰਘ ਆਲੀ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਜੀ, ਜਾਂ ਤਾਂ ਆਮ ਆਦਮੀ ਜਾਂ ਸੰਧੂ, ਜਿੰਨੇ ਬਾਲ ਨਹੀਂ ਆਉਂਦਾ ਜ਼ੋਰ ਆ। ਲੇਕਿਨ ਪੱਕੀ ਇਹ 100% ਸ਼ੋਰ ਆ ਵੀ ਇੱਥੇ ਦੀ ਜਿਹੜੀ ਸੀਟ ਆ ਇਹ ਮਨਪ੍ਰੀਤ ਸਿੰਘ ਆਲੀ ਦੇ ਆਖਰੀ ਪੱਕੀ। ਆਮ ਆਦਮੀ ਜਦ ਸੰਧੂ ਸਾਹਿਬ ਹੋਣਗੇ ਬਾਅਦ, ਸੰਧੂ ਸਾਹਿਬ ਥੋੜ੍ਹਾ ਜਿਹਾ ਜ਼ਿਆਦਾ ਹਵਾ ਵਾ ਇਹਨਾਂ ਦੀ। ਮੈਂ ਐਤਕੀ ਸੀਟ ਜੀ ਸੰਧੂ ਸਾਹਿਬ ਹੀ ਮੇਰੇ ਹਿਸਾਬ ਨਾਲ ਲੈ ਕੇ ਜਾਣ। ਅੱਛਾ, ਜ਼ਿਆਦਾ ਸੰਧੂ ਨੂੰ ਹੀ ਲੋਕ ਕਹਿੰਦੇ ਆ। ਅੱਗੇ ਪਤਾ ਲੱਗ ਜਾਂਦਾ ਸੀ 2 ਮਹੀਨੇ ਪਹਿਲਾਂ ਵੀ ਅਕਾਲੀ ਜਿੱਤ ਗਏ ਜਾਂ ਕਾਂਗਰਸ ਜਿੱਤ ਗਈ, ਕਿ 2 ਪਾਰਟੀਆਂ ਸੀ, ਹੁਣ 3 ਪਾਰਟੀ ਨੇ ਪੰਗਾ ਲੈ ਲਿਆ। ਹੁਣ ਲੋਕ ਭਗਵੰਤ ਮਾਨ ਨੂੰ ਯਾਦ ਕਰਦੇ ਆ ਬਈ ਇਹ ਨਵੀਂ ਪਾਰਟੀ ਆਈ ਹੈ ਤਾਂ ਵਧੀਆ ਗੱਲ ਹੈ। ਇੱਥੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ, ਉਹਨਾਂ ਕੋਲ ਜਾਣਦੇ ਹਾਂ ਕੀ ਲੱਗ ਰਿਹਾ ਜੀ ਲੋਕਾਂ ਦਾ, ਕੀ ਮਾਹੌਲ ਹੈ ਇਸ ਵਾਰ, ਕੌਣ ਜਿੱਤ ਸਕਦਾ, ਕੀ ਲੱਗ ਰਿਹਾ? ਬਈ ਹਜੇ ਅਸੀਂ ਕੁਛ ਨਹੀਂ ਕਹਿ ਸਕਦੇ। ਆਪਣੇ ਇੱਥੋਂ ਕੌਣ ਜਿੱਤ ਸਕਦਾ, ਕੀ ਲੱਗ ਰਿਹਾ? ਆਪਣੇ ਤਾਂ ਆਲੀ ਦਾ ਜ਼ੋਰ ਆ, ਜ਼ੋਰ ਤਾਂ ਸੰਧੂ ਦਾ ਵੀ ਆ, ਜ਼ੋਰ ਤਾਂ ਦੋਨਾਂ ਦੇ ਅੱਜ। ਅੱਛਾ, ਜੋ ਲੱਗਿਆ ਵੀ ਜ਼ੋਰ ਰਹਿੰਦਾ ਪਿੰਡਾਂ 'ਚ, ਪਰ ਕੀ ਕੰਮ ਨਹੀਂ ਕਿਸੇ ਨੇ ਕਰਾਇਆ ਇੰਨਾ ਬਾਹਲਾ। ਅੱਛਾ, ਆਲੀ ਹੁਣ ਮੌਜੂਦਾ MLA ਸੀਗਾ, ਆਹ ਸੜਕ ਦਾ ਹਾਲ ਦੇਖਿਆ ਉਹਦੀ ਗੱਡੀ 'ਤੇ ਆਇਓ, ਕੀ ਹਾਸਾ ਟੁੱਟੀ ਪਈ ਆ, ਉੱਧਰ ਸੜਕ ਆ ਉਹ ਇੰਨੀ ਕਾ, ਜੇ ਵੱਡੀ ਗੱਡੀ ਆਏ ਤਾਂ ਸਭ ਪਾਸੇ ਸੀਟਾਂ ਸਿੱਟੀਆਂ, ਉੱਧਰ ਸਾਈਕਲ ਸਕੂਟਰ ਮੋਟਰ ਫਿਕਰ ਪੈਦਾ ਵੀ ਕਿੱਧਰ ਨੂੰ ਰਹਾਂ ਗੱਡੀ, ਕੰਮ ਨਹੀਂ ਕੀ ਕਰਾਇਆ ਕੋਈ ਕਿਸੇ ਨੇ, ਜੇ ਕਰਾਇਆ ਤਾਂ ਸਰਪੰਚ ਵਾਲੇ ਪਾਸੇ ਹੋਇਆ ਉੱਧਰ ਕੰਮ ਸਾਰਾ, ਉੱਧਰ ਕੋਈ ਕੰਮ ਨਹੀਂ, ਕੋਈ ਰਾਹ ਪੱਕਾ ਕਰਿਆ ਬਸ ਇੱਧਰ। ਝਾੜੂ ਵਾਲੇ ਹੈਗੇ ਮੁਕਾਬਲੇ, ਤੁਹਾਡੇ ਸਾਹਮਣੇ ਹੈਗੇ ਮੁਕਾਬਲੇ, ਝਾੜੂ ਹੈਗੇ ਮੁਕਾਬਲੇ, ਹਾਂ ਹੋ ਸਕਦਾ ਸੀਟਾਂ ਵੱਧ ਜਾਣ, ਉਹਨਾਂ ਨੇ ਵੱਧ ਲੈ ਜਾਣ, ਜਿਹੜਾ ਸਰਵੇ ਕਹਿੰਦਾ, ਜਿਹੜਾ ਸਰਵੇ ਕਹਿੰਦਾ ਨਹੀਂ ਆਪਣੇ ਇਲਾਕੇ ਤੋਂ, ਆਪਣੇ ਉਹ ਘੱਟ ਥੋੜ੍ਹਾ, ਕੀ ਨਵਾਂ ਬੰਦਾ ਖੜਾ, ਨਵਾਂ ਬੰਦਾ ਕਰਕੇ ਅਕਾਲ ਜਲ ਕੰਗ। ਮਾਹੌਲ ਤਾਂ ਲੋਕਾਂ ਦਾ ਸਾਡੇ ਤਾਂ ਆਲੀ ਨੂੰ ਜ਼ਿਆਦਾ ਕਹਿੰਦੇ ਆ ਪਿੰਡ ਦੇ। ਅੱਛਾ, ਹਾਂ ਇਹ ਆਲੀ ਨੂੰ, ਹਾਂ ਕਾਂਗੜਾ ਨੂੰ ਵੀ ਕਹੀ ਜਾਂਦੇ ਆ ਵਿੱਚ, ਦੋਨੇ ਪਾਰਟੀਆਂ ਨੂੰ ਕਹਿੰਦੇ ਆ। ਆਮ ਦਾ ਇੱਥੇ ਨੌਮ ਨਮੂਲ ਨਹੀਂ ਹੈ ਨੀ। ਅੱਛਾ, ਆਪ ਦਾ ਨਹੀਂ, ਹਾਂ ਨਾ ਉਹ ਫੂਲਕਾ ਫੱਟੀ ਪੋਚ ਗਿਆ ਨਾ ਇਹ ਪਾਰਟੀ ਦੀ, 5 ਸਾਲ ਪੂਰੇ ਨਹੀਂ ਕੀਤੇ ਉਹਨੇ, ਠੀਕ ਹੈ, ਹਾਂ ਉਹਦੇ ਕਰਕੇ, ਹਾਂ ਇਹ ਵਾਲੀ ਦਾ ਮਿਲਦਾ ਜੁਲਦਾ ਪਈ ਆ ਬੰਦਿਆਂ ਨੂੰ। ਅੱਛਾ, ਹਾਂ ਉਹ ਆਹ ਜਿਹੜਾ ਹੁਣ ਕਾਂਗਰਸ ਹੈ ਵੀ ਮਿਲਦਾ ਜੁਲਦਾ ਬੰਦਿਆਂ ਨੂੰ, ਇਹ ਨਹੀਂ ਪਤਾ ਹੁਣ ਕੌਣ ਜ਼ਿਆਦਾ, ਦੇਖੋ ਹੁਣ ਵੋਟਾਂ ਪੈਣ ਤੋਂ ਬਾਅਦ ਹੀ ਪਤਾ ਲੱਗੂ। ਅੱਛਾ, ਇਸ ਵੇਲੇ ਦਾ ਮਾਹੌਲ ਕੀ ਚੱਲ ਰਿਹਾ? ਇਸ ਵੇਲੇ ਤਾਂ ਰਲਵਾਂ ਮਿਲਵਾਂ ਜਿਹਾ ਹੀ ਆ। ਕਿਹਦਾ ਕਿਹਦਾ? ਅਕਾਲੀਆਂ ਦਾ ਅਤੇ ਕਾਂਗਰਸ ਦਾ। ਅੱਛਾ, ਇਹਨਾਂ 'ਚ ਹੀ ਆ ਮੁੱਖ ਮੁਕਾਬਲਾ? ਹੈਂ, ਇਹਨਾਂ 'ਚ ਲੱਗਦਾ ਮੁੱਖ ਮੁਕਾਬਲਾ, ਇਹਨਾਂ 'ਚ ਹੀ ਲੱਗਦਾ ਵਾ। ਅੱਛਾ, ਝਾੜੂ ਵਾਲੇ ਦੇ ਮੁਕਾਬਲੇ? ਝਾੜੂ ਵਾਲਾ ਤਾਂ ਉਦੋਂ ਇੱਥੇ ਆਏ ਸੀਗੇ, ਥੋੜ੍ਹਾ ਜਿਹਾ ਹੀ ਆ ਇਕੱਠ ਜਿਹਾ ਹੋਇਆ, ਬੜਾ ਨਹੀਂ। ਇਹ ਤਾਂ ਕੀ ਲੱਗਦਾ ਦਾਖੇ ਤੋਂ ਜਿੱਤ ਕੌਣ ਸਕਦਾ? ਮੇਰੇ ਇੱਥੇ ਹਲਕੇ 'ਚ ਤਾਂ ਅਯਾਲੀ ਦੀ ਲੱਗਦਾ, ਮੈਨੂੰ ਅਯਾਲੀ ਦਾ ਜ਼ੋਰ ਪੂਰਾ ਵਾ, ਅਤੇ ਦੂਜੇ ਨੰਬਰ 'ਤੇ ਮੈਨੂੰ ਲੱਗਦਾ ਸਿੱਧੂ ਆਊਗਾ, ਸੰਧੂ। ਅੱਛਾ, ਹਾਂ ਤੀਜੇ 'ਤੇ ਆਮ ਆਦਮੀ ਪਾਰਟੀ ਆ ਸਕਦੀ। ਕੀ ਕਾਰਨ ਅਯਾਲੀ ਦਾ ਜ਼ੋਰ ਕਿਉਂ ਜ਼ਿਆਦਾ? ਅਯਾਲੀ ਨੇ ਕੰਮ ਕੀਤੇ ਆ, ਅਯਾਲੀ ਨੇ ਆਹ ਵੀ ਸੀਵਰੇਜ ਪਾਇਆ ਸਾਹਮਣੇ ਦੇਖ ਲਓ ਤੁਹਾਡੇ, ਅਤੇ ਪਿੰਡਾਂ 'ਚ ਕਾਫੀ ਉਹ ਗਰਾਊਂਡ ਬਣਾਏ ਨੇ, ਅਤੇ ਮੁੱਲਾਪੁਰ ਵਾਲਾ ਪੁਲ ਵੀ ਬਣਾਇਆ ਵਾ, ਕਾਫੀ ਕੰਮ ਕੀਤੇ ਹੋਏ ਦੇ ਬੋਲਦੇ ਆ ਕੰਮ, ਸੰਧੂ ਨੇ ਵੀ ਕੀਤੇ ਆ, ਪਰ ਆਪਾਂ ਨੂੰ ਦੇਖ ਪਤਾ ਤਾਂ ਹੈ ਨਹੀਂ ਗਾ ਹੁਣ ਕਿੱਥੇ ਕਿੱਥੇ ਕੀਤੇ ਆ ਨਹੀਂ ਕੀਤੇ, ਪਰ ਦੱਸਦੇ ਨੇ ਵੀ ਕੀਤੇ। ਆਪ ਵਾਲੇ ਕਿਉਂ ਪਿੱਛੇ ਰਹਿ ਗਏ, ਕੀ ਲੱਗਦਾ ਕਾਰਨ ਕੀ ਹੋ ਸਕਦਾ? ਆਪ ਵਾਲੇ ਇਹ ਇੱਕ ਤਾਂ ਸ਼ਹਿਰ ਦਾ ਬੰਦਾ ਹੈ, ਹਾਂ ਇਹ ਰਹਿੰਦਾ ਤਾਂ ਇੱਥੇ ਹੀ ਆ। ਅੱਛਾ, ਤਾਂ ਕਾਲਜ ਆ ਬੇਸ, ਆਹੀ ਪਿੰਡ ਜਾਣਦਾ ਇਹਨੂੰ। ਅੱਛਾ, ਹਾਂ ਇਹ ਗਾਂਹ ਚਲੇ ਜਾਈਏ, ਕੰਗ ਕੌਣ ਆ ਕੋਈ ਨਹੀਂ ਪਛਾਣਦਾ। ਦੱਖ ਤੋਂ ਸਰਦਾਰ ਮਨਪ੍ਰੀਤ ਸਿੰਘ ਵਾਲੀ ਅੱਛਾ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਜੀ। ਇਹ ਕੀ ਕਾਰਨ ਹੈ? ਕਾਰਨ ਇਹ ਆ ਜੀ, ਉਹਨਾਂ ਨੇ 15-20 ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਆ, ਜਦੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹੇ ਆ, ਉਦੋਂ ਹਲਕੇ ਦਾਖੇ ਦੇ ਵਿੱਚ ਬਹੁਤ ਵਧੀਆ ਵਿਕਾਸ ਹੋਇਆ ਜੀ। ਅੱਛਾ, ਅਤੇ ਹੁਣ ਮੁਕਾਬਲਾ ਕਿਹਦੇ ਨਾਲ ਹੈ ਅਲੀ ਦਾ? ਮੁਕਾਬਲਾ ਤਾਂ ਜੀ 22 ਇਲੈਕਸ਼ਨ ਦੇ ਵਿੱਚ ਕਾਂਗਰਸ ਸਰਕਾਰ ਸੀਗੀ 2019 'ਚ। ਅੱਛਾ,
17 ਦੇ ਵਿੱਚ ਫੂਲਕਾ ਸਾਹਿਬ ਆਏ, ਇੱਕ ਦਿਨ ਵੀ ਆ ਕੇ ਨਹੀਂ ਰੁਕੇ। ਅੱਛਾ, ਲੋਕਾਂ ਦੇ ਕੰਮ ਤੱਕ ਉਹਨੇ ਕੋਈ ਵਿਧਾਨ ਸਭਾ ਦਾ ਜੱਕ ਮੁੱਦਾ ਤਾਂ ਚੱਕਿਆ ਨਹੀਂ। ਏਆਲੀ ਸਾਹਿਬ ਹਾਰਨ ਦੇ ਬਾਵਜੂਦ ਵੀ 2017 ਤੋਂ ਬਾਅਦ 22 ਇਲੈਕਸ਼ਨ 19 ਤੋਂ ਪਹਿਲਾਂ ਤੱਕ ਲੋਕਾਂ ਦੇ ਵਿੱਚ ਵਿਚਰਦੇ ਵੀ ਆ, ਲੋਕਾਂ ਦੇ ਵਿੱਚ ਵਿਆਹ ਸ਼ਾਦੀ ਦੀ ਕਮੀ ਖੁਸ਼ੀ 'ਚ ਆਉਂਦੇ ਆ, ਹਰ ਟਾਈਮ ਲੋਕਾਂ ਦੇ ਵਿੱਚ ਹੀ ਰਹਿੰਦੇ ਆ। ਫੂਲਕਾ ਸਾਹਿਬ ਤਾਂ ਦਿੱਲੀ ਭੱਜ ਕੇ ਉਹਨੂੰ ਕਿੱਥੇ ਜਾ ਕੇ ਲੱਭਦੇ। ਹੁਣ ਜੇ ਸਹੀ ਗੱਲ ਪੁੱਛੋ, ਮੇਰਾ ਇਲਾਕਾ ਨਹੀਂ ਹੈ, ਮੇਰਾ ਇਲਾਕਾ ਕਿ ਸੰਗਰੂਰ ਦਾ, ਉੱਥੇ ਦਾ ਮੈਂ ਦੱਸ ਸਕਦਾ। ਕਿੱਥੋਂ ਦਾ? ਧੂਵੀ, ਸੰਗਰੂਰ ਦਾ, ਧੂਵੀ ਦਾ। ਅੱਛਾ, ਉੱਥੋਂ ਕੀ ਬਣਦਾ? ਉੱਥੋਂ ਝਾੜੂ ਵਾਲਾ ਲੈ ਕੇ ਜਾਓ ਸਾਡੇ। ਅੱਛਾ, ਧੂਵੀ ਤੋਂ ਝਾੜੂ ਵਾਲਾ ਹਾਰਦਾ ਨਹੀਂ ਕਿਸੇ ਪਰਸੈਂਟ 'ਤੇ ਨਹੀਂ ਹਾਰਦਾ। ਭਗਵੰਤ ਮਾਨ ਕੁਛ ਨਹੀਂ, ਬੜੇ ਵਾਰ ਕਹਿ ਸਕਦੇ। ਦੇਖੋ ਸਾਰੇ ਇਕੱਠੇ ਹੈਗੇ ਆ, ਇੰਨੇ ਜਾਣੇ ਖੜੇ, 4-5 ਭਾਰ ਖੜੇ ਜਾਣੇ ਆ, ਕੁਛ ਨਹੀਂ ਪਤਾ ਕਿਸ ਦਾ ਰੁਝਾਨ ਕਿੱਦਾਂ, ਚਾਹੇ ਪੱਕੇ ਅਕਾਲੀ ਦਲ ਆ ਉਹਨਾਂ ਨੇ ਪਤਾ, ਉਹਨੇ ਆਪ ਨੂੰ ਪਾ ਦੇਣੀ, ਇਹ ਨਹੀਂ ਪਤਾ ਹੈਗਾ ਕਾਂਗਰਸ ਵਾਲਾ ਕਿੱਧਰ ਪਾ ਦੇਣੀ, ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ। ਅੱਛਾ, ਵੈਸੇ ਮੁਕਾਬਲਾ ਕਿਹਦਾ ਕਿਹਦਾ ਚੱਲ ਰਿਹਾ ਇੱਥੇ? ਮੁਕਾਬਲਾ ਤਾਂ ਸੰਧੂ ਸਾਹਿਬ ਅਤੇ ਏਆਲੀ ਸਾਹਿਬ ਦਾ ਹੀ ਆ। ਅੱਛਾ, ਕਾਂਗਰਸ ਅਤੇ ਅਕਾਲੀ ਦਲ? ਹਾਂਜੀ। ਅਤੇ ਝਾੜੂ ਵਾਲੇ? ਝਾੜੂ ਵਾਲੇ ਦਾ ਵੀ ਹੋ ਸਕਦਾ ਗੁਪਤ ਪੈ ਸਕਦੀ ਹੈ, ਪਰ ਜਿਹੜੀ ਮੇਨ ਤਾਂ ਇਹ ਅਕਾਲੀ ਦਲ ਅਤੇ ਕਾਂਗਰਸ ਹੀ ਆ। ਅੱਛਾ, ਰੌਲਾ ਇਹਨਾਂ ਦਾ? ਇਹਨਾਂ ਦਾ ਹੀ ਆ। ਠੀਕ ਹੈ। ਵੈਸੇ ਏਆਲੀ ਨੇ ਕੰਮ ਕੀਤੇ? ਹਾਂਜੀ ਹਾਂਜੀ। ਕੀਤੇ ਕਿੱਦਾਂ? ਚੰਗੇ ਕਿਤੇ ਕਿ ਮਾੜੇ ਕਿਤੇ? ਚੰਗੇ ਵੀ ਆ, ਮਾੜੇ ਵੀ, ਸਾਰੇ ਕੁਛ ਹੀ ਆ, ਕੰਮ ਹੋਏ ਆ, ਸਾਰਾ ਕੁਛ ਹੀ ਆ। ਠੀਕ ਹੈ। ਕੀ ਲੱਗ ਰਿਹਾ ਜੀ, ਕੌਣ ਲੈ ਜੂ ਦਾਖੇ ਦੀ ਸੀਟ? ਲੱਗ ਰਿਹਾ ਯਾਰ, ਹੁਣ ਜਿਵੇਂ ਕਹੀਏ ਤੁਸੀਂ ਆਪ ਸਿਆਣੇ ਹੋ, ਗੱਲ ਤਾਂ ਪਬਲਿਕ ਜਿਹੜੀ ਆ ਉਹ ਤਾਂ ਕੰਮ ਨੂੰ ਜਾਂਦੀ ਆ, ਜਿਹੜੇ ਬੰਦਾ ਕੰਮ ਕਰਾਉਂਦਾ, ਜਿਹੜਾ ਬੰਦਾ ਹੱਕ 'ਚ ਖੜਦਾ। ਹੁਣ ਏਆਲੀ ਸਾਹਿਬ ਦਾ ਹੀ ਲਾ ਲਓ, ਰਾਤ ਨੂੰ ਕੋਈ ਕਿਸੇ ਵੀ ਨਗਰ ਦੇ ਵਿੱਚੋਂ ਕੋਈ ਰਾਤ ਨੂੰ 12-1 ਵਜੇ ਚਲੇ ਜਾਵੇ, 2 ਵਜੇ ਚਲੇ ਜਾਵੇ, ਹਰੇਕ ਨਾਲ ਖੜਦਾ। ਅੱਛਾ, ਹਰੇਕ ਦੀ ਗੱਲ ਸੁਣਦਾ, ਕੋਈ ਗਰੀਬ ਅਮੀਰ ਦਾ ਉਹ ਫਰਕ ਹੀ ਨਹੀਂ ਰੱਖਦਾ ਹੈਗਾ। ਅਤੇ ਬਾਕੀ ਜਿਹੜਾ ਕੰਮ ਕਹਿੰਦੇ ਆ ਉਹਨੂੰ ਕੰਮ ਵੀ ਤਕਰੀਬਨ ਕਰਾਉਂਦੇ ਹੀ ਕਰਾਉਂਦੇ ਆ। ਅੱਛਾ, ਇਸ ਕਰਕੇ ਵੀ ਹੁਣ ਦੁਨੀਆ ਕਹਿੰਦਾ ਵੀ ਮੈਂ ਸਾਹਮਣੇ ਨਾ ਆ ਜਾਂ, ਮੈਂ ਸਾਹਮਣੇ ਨਾ ਆ ਜਾਂ, ਅਤੇ ਜਿਹੜਾ ਬੰਦਾ ਕੱਟੜਾ ਜਿਹੜਾ ਇਹਨਾਂ ਨਾਲ ਜੁੜਿਆ ਹੋਇਆ ਕੰਮ ਦੇ ਹਿਸਾਬ ਨਾਲ, ਤਾਂ ਹੱਕ ਤਾਂ ਏਆਲੀ ਸਾਹਿਬ ਦਾ ਹੀ ਆ। ਹਾਂ, ਅਤੇ ਲੱਗ ਵੀ ਰਿਹਾ ਲੋਕਾਂ ਦੇ ਰੁਝਾਨ? ਹਾਂ, ਲੱਗ ਵੀ ਰਿਹਾ ਅੱਗੇ ਸਾਨੂੰ ਰੁਝਾਨ ਤੋਂ, ਬਾਕੀ ਗੱਲਾਂ ਤਾਂ ਜਿੰਨੇ ਮੂੰਹ ਨਹੀਂ ਹੁੰਦੀਆਂ ਨੇ, ਅਸਲ 'ਚ ਜਿਹੜਾ ਨਿੱਜੀ ਪੁਆਇੰਟ ਆ ਉਹ ਤਾਂ ਇਹੀ ਆ ਬਈ ਇਹ ਬੰਦਾ ਕੰਮ ਵਾਲਾ, ਇਹ ਬੰਦਾ ਜੇ ਇੱਕ ਵਾਰੀ ਸਾਡੇ ਹੱਥੋਂ ਨਿਕਲ ਗਿਆ ਮੁੜ ਕੇ ਸਾਨੂੰ ਕੋਈ ਕੰਮ ਵਾਲਾ ਬੰਦਾ ਜਿੰਦਾ ਹੀ ਨਹੀਂ ਹੈਗਾ। ਮੈਂ ਤਾਂ ਕਹਿੰਦਾ ਕਾਂਗਰਸ ਬਾਰੇ ਫੇਰ ਆ ਜੇ, ਕੋਈ ਆ ਜੂਗੀ ਉਹਦੇ ਨਾਲ? ਨਹੀਂ, ਸਰਕਾਰ ਤੋਂ ਆਪਣੇ ਇਲਾਕੇ ਦਾ ਪੁੱਛ ਰਹੇ ਹਾਂ, ਹੁਣ ਕੀ ਪਤਾ ਜੀ ਚੱਲਦਾ ਹੁਣ ਰਿਜ਼ਲਟ 'ਚ ਕੀ ਆ ਕੀ ਠੀਕ ਆ। ਨਹੀਂ, ਲੋਕਾਂ 'ਚ ਕੀ ਗੱਲਬਾਤ ਚੱਲਦੀ? ਕੋਈ ਨਹੀਂ, ਤੁਸੀਂ ਘਰੋਂ ਹੋਰ ਸੋਚ ਕੇ ਤੁਰੋਗੇ, ਉਹ ਮਸ਼ੀਨ 'ਤੇ ਜਾ ਕੇ ਹੋਰ ਹੋ ਜਾਂਦਾ। ਠੀਕ ਆ। ਨਹੀਂ, ਲੋਕਾਂ 'ਚ ਕੀ ਰੁਝਾਨ ਹੈ ਇਸ ਵਾਰ ਏਆਲੀ ਵੱਲ ਨੂੰ, ਕੈਪਟਨ ਸੰਦੀਪ ਸੰਧੂ ਵੱਲ ਨੂੰ, ਝਾੜੂ ਵਾਲਿਆਂ ਨੂੰ? ਰੁਝਾਨ ਤਾਂ ਤਿੰਨਾਂ ਬਣੀ ਹੋਈ ਆ। ਅੱਛਾ, ਝਾੜੂ, ਅਕਾਲੀ ਦਲ ਅਤੇ ਕਾਂਗਰਸ। ਅੱਛਾ ਜੀ, ਬਸ ਕੀ ਲੱਗ ਰਿਹਾ ਹਰ ਕਿਹੜਾ ਲੈ ਜੂ ਇਹਨਾਂ ਤਿੰਨਾਂ 'ਚੋਂ? ਮੈਂ ਤੈਨੂੰ ਕਹਿ ਸਕਦਾ, ਮੈਂ ਤਾਂ ਕਹਿੰਦਾ ਕਾਂਗਰਸ ਆ ਜੇ। ਅੱਛਾ, ਸੰਦੀਪ ਸੰਧੂ? ਸੰਧੂ ਨਹੀਂ ਮੈਂ ਕਹਿੰਦਾ, ਮੈਂ ਕਹਿੰਦਾ ਕਾਂਗਰਸ ਆ ਜੇ। ਨਹੀਂ, ਉਮੀਦਵਾਰ ਤਾਂ ਉਹੀ ਉਹਨਾਂ ਵੱਲੋਂ। ਵੈਸੇ ਏਆਲੀ ਨੇ ਕੰਮ ਕੀਤੇ ਵੀ ਉੱਧਰ ਹੀ ਆ? ਨਹੀਂ, ਏਆਲੀ ਨੇ ਵੈਸੇ ਕੰਮ ਕੀਤੇ ਤਾਂ ਐਮਐਲਏ ਬਣੇ ਹੋਣ? ਕੰਮ ਤਾਂ ਉਹਨਾਂ ਨੇ ਜ਼ਿਆਦਾ ਨਹੀਂ ਕੀਤੇ ਹੁਣ। ਕਿੰਨੇ? ਸੰਧੂ ਨੇ। ਅੱਛਾ, ਕੰਮ ਤਾਂ ਦੋਹਾਂ ਦੇ ਬਰਾਬਰ ਹੀ ਹੈ। ਫੂਲਕਾ ਜਿਹੜਾ ਛੱਡ ਕੇ ਧੋਖਾ ਦੇ ਗਿਆ ਨੇ, ਕੀ ਫਿਰ ਬਣ ਜਾਂਦਾ ਉਹ? ਵੱਡੀ ਗੱਲ ਤਾਂ ਇਹ ਆ ਨਾ, ਸਾਰੇ ਜ਼ੋਰ ਲਾ ਕੇ ਬਣਾਇਆ, ਚੰਗੇ ਵੋਟਾਂ ਜਿਤਾਇਆ ਉਹ, ਜਿਹੜਾ ਵਿਚਾਰਾ ਸਟੇਜ ਛੱਡ ਗਿਆ ਉਹਦਾ ਕੀ ਦੁਬਾਰਾ? ਹੁਣ ਫਿਰ ਐਤਕੀ ਮੁਕਾਬਲਾ ਕਿਹਦੇ ਕਿਹਦੇ 'ਚ? ਐਤਕੀ ਦੇ ਵਾਰ 5-6 ਬੰਦੇ ਖੜੇ, ਕਿਹਨੂੰ ਮੁਕਾਬਲਾ ਕਰੀਏ ਹੁਣ? ਨਹੀਂ, ਫਿਰ ਕਾਂਗਰਸ ਅਕਾਲੀ ਦਲ 'ਚ ਮੁਕਾਬਲਾ ਕਿ ਆਪ ਵੀ ਹੈਗੀ ਮੁਕਾਬਲੇ 'ਚ? ਆਪ ਦਾ ਮੁਕਾਬਲਾ ਕੀ ਘੱਟ ਆ? ਤਿੰਨੇ ਪਾਰਟੀਆਂ ਦਾ ਜ਼ੋਰ ਆ। ਅੱਛਾ, ਕਿਹਦਾ ਕਿਹਦਾ? ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ। ਅੱਛਾ, ਆਮ ਆਦਮੀ ਪਾਰਟੀ ਹੈਗੀ ਆ ਮੁਕਾਬਲੇ 'ਚ? ਪੂਰੀ ਆ ਜੀ ਮੁਕਾਬਲੇ 'ਚ, ਅੱਗੇ ਅੱਗੇ ਉੱਪਰ ਸੀ ਐਕਟੀ ਮੁਕਾਬਲੇ ਜੇ ਜੀ ਆ ਗਈ। ਅੱਛਾ, ਤੇ ਮੁੱਖ ਮੁਕਾਬਲਾ ਫਿਰ ਤਿੰਨਾਂ 'ਚ ਹੈਗਾ? ਹੈਗਾ। ਤੇ ਕੀ ਲੱਗ ਰਿਹਾ ਤਿੰਨਾਂ 'ਚੋਂ ਇਸ ਵੇਲੇ ਤਕੜਾ ਕਿਹੜਾ? ਇਹ ਨਹੀਂ ਪਤਾ ਲੱਗੂ। ਅੱਛਾ, ਤਿੰਨਾਂ ਦਾ ਹੀ ਆ। ਅੱਛਾ, ਇਹਦਾ ਰਿਜ਼ਲਟ ਦੱਸੂ? ਠੀਕ, ਇਹਦਾ ਰਿਜ਼ਲਟ ਤਾਂ ਪਤਾ। ਏਆਲੀ ਨੇ ਕੰਮ ਕੀਤੇ ਐਮਐਲਏ ਆਪਣਾ? ਪੂਰੇ। ਅੱਛਾ, ਪੂਰੇ ਠੋਕ ਕੇ ਕੀਤੇ ਆ। ਕਦੋਂ ਏਆਲੀ ਸਾਹਿਬ ਦੀ ਲੱਗਦੀ ਹੁਣ ਕੀ ਲੱਗਦਾ ਗਾਹਾਂ ਦਾ? ਅੱਛਾ, ਕੀ ਕਾਰਨ ਕੀ ਲੱਗਦਾ, ਕਿਉਂ ਇੱਦਾਂ ਲੱਗਦਾ ਏਆਲੀ ਜੱਜੂ? ਏਆਲੀ ਦੇ ਕੰਮ ਬਹੁਤ ਵਧੀਆ ਕਰ ਰਿਹਾ, ਪਹਿਲਾਂ ਬੰਦਾ ਬਹੁਤ ਚੰਗਾ ਵਾ। ਅੱਛਾ, ਬੰਦਾ ਠੀਕ ਹੈ, ਕੰਮ ਕਰਦਾ? ਉਹ ਕਰਦਾ ਹੀ ਆ। ਏਆਲੀ ਦਾ ਮੁਕਾਬਲਾ ਕਿਹਦੇ ਨਾਲ? ਸੰਧੂ ਨਾਲ ਹੀ ਹੁਣ, ਹੋਰ ਕੀ ਨਾ ਹੋਣਾ? ਝਾੜੂ ਵਾਲੇ ਨਹੀਂ ਹੈਗੇ? ਨਹੀਂ, ਝਾੜੂ ਵਾਲਾ ਦਾ ਝਾੜੂ ਵਾਲਾ ਨਹੀਂ, ਮੁਸ਼ਕਲ ਹੈ। ਅੱਛਾ, ਇਸ ਪਿੰਡ 'ਚ ਮੁਸ਼ਕਲ ਆ ਝਾੜੂ ਵਾਲੇ, ਲੇਕਿਨ ਸਿੰਧੂ ਅਤੇ ਦੂਜੇ ਆਪਣੇ ਇਹਨਾਂ ਦਾ ਦੋਨਾਂ ਦਾ ਮੁਕਾਬਲਾ ਬਰਾਬਰ ਦਾ ਹੀ ਲੱਗਦਾ। ਅੱਛਾ, ਬਰਾਬਰ ਅਜੇ ਨਹੀਂ ਕਿਹਾ ਜਾ ਸਕਦਾ ਜਿੱਤੂ ਕੌਣ ਹੈ, ਅਜੇ ਨਹੀਂ ਕਿਹਾ ਜਾ ਸਕਦਾ, ਕੁਛ ਨਹੀਂ ਕਹਿ ਸਕਦੇ। ਸਾਨੂੰ ਤਾਂ ਲੱਗਦਾ, ਸਾਨੂੰ ਤਾਂ ਲੱਗਦਾ ਵੀ ਸਾਗ ਚਾਲਣ ਪਊਗਾ। ਅੱਛਾ,
ਮਧਾਣੀ ਵਾਲੀ ਗੱਲ ਵੀ ਪੂਰਾ ਮਤਲਬ ਸਹਿਮ ਕਿਸੇ ਨੂੰ ਵੀ ਸਹਿਮ ਪੂਰੇ ਨਹੀਂ ਮਿਲਦੀ ਲੱਗਦੀ ਜੀ ਜਾਂ ਪੂਰੇ ਪੰਜਾਬ 'ਚ ਦੇਖ ਲਓ ਜੋ ਮਾਹੌਲ ਜਿਹਾ ਜੋ ਬਣਿਆ ਹੋਇਆ ਬਸ ਉਹੀ ਚੀਜ਼ ਆ ਪਤਾ ਲੋਕਾਂ ਦੇ ਦਿਲਾਂ ਦੀ ਗੱਲ ਬਾਈ ਪਤਾ ਹੀ ਨਹੀਂ ਲੱਗਦੀ ਅੱਜ ਕੱਲ੍ਹ ਦੱਸਦੇ ਕੁਛ ਹੋਰ ਆ ਕਰਦੇ ਹੋਰ ਆ ਅਸਲ ਹੁਣ ਜਾਂ ਅਸੀਂ ਮੰਨ ਕੇ ਚੱਲੀਏ ਅਸੀਂ ਕਹਾਂਗੇ ਬਈ ਵਧੀਆ ਕੰਮ ਕੀਤੇ ਕਾਂਗਰਸ ਪਾਰਟੀ ਦੇ ਠੀਕ ਜਾਊਗਾ ਅਸੀਂ ਸੰਧੂ ਹਾਂਜੀ ਹਾਂਜੀ ਸੰਦੀਪ ਸੰਧੂ ਬਈ ਅਸੀਂ ਤਾਂ ਕਹਿੰਦੇ ਸੀਟ ਜਿੱਤੂਗਾ ਜਿਵੇਂ ਇਹਦੇ ਕੰਮ ਕੀਤੇ ਹੋਏ ਆ ਵਧੀਆ ਬੰਦਾ ਵਧੀਆ ਲੋਕਾਂ ਦਾ ਮਾਹੌਲ ਵੀ ਲੱਗ ਰਿਹਾ ਲੋਕਾਂ ਦੇ ਮਾਹੌਲ ਦੇ ਜ਼ਰੀਏ ਕਹਿ ਰਹੇ ਹਾਂ ਬਾਈ ਬਈ ਠੀਕ ਹੈ ਵਧੀਆ ਰਿਸਪੋਂਸ ਮਿਲ ਰਿਹਾ ਸੰਦੀਪ ਸੰਧੂ ਨੂੰ ਜਿੱਤੂ ਲੱਗਦਾ ਅਤੇ ਇਆਲੀ ਨੇ ਕੰਮ ਕੀਤੇ ਐੱਮ ਐੱਲ ਏ ਸੀ ਇਆਲੀ ਦੇ ਟਾਈਮ ਚਲੋ ਜਦੋਂ ਪਹਿਲਾਂ ਉਹਨਾਂ ਨੇ ਬਹੁਤ ਕੰਮ ਕੀਤੇ ਆ ਅਤੇ ਉਹ ਆਪਦੀ ਜਗ੍ਹਾ ਉਹ ਵੀ ਠੀਕ ਹੈ ਜੀ ਸਾਡੇ ਹਿਸਾਬ ਨਾਲ ਵੀ ਇਆਲੀ ਸਾਹਿਬ ਇੱਥੋਂ ਬਾਜ਼ੀ ਮਾਰ ਲੈਣੀ ਅੱਛਾ ਕਿਉਂ ਪਹਿਲਾਂ ਜ਼ਮੀਨੀ ਚੋਣ ਵੀ ਹੋ ਚੁੱਕੀ ਆ ਹਾਂਜੀ ਜ਼ਮੀਨੀ ਚੋਣਾਂ ਵਿੱਚ ਜਦੋਂ ਸਰਕਾਰ ਦਾ ਪੂਰਾ ਜ਼ੋਰ ਹੁੰਦਾ ਜਿਹੜੀ ਸਰਕਾਰ ਹੋਵੇ ਉਹਦਾ ਹੀ ਉਹ ਇਲੈਕਸ਼ਨ ਉਹਦੇ ਵੱਲ ਹੀ ਜਾਂਦੀ ਜਦ ਉਦੋਂ ਨਹੀਂ ਬੰਦਾ ਜਿੱਤ ਸਕਿਆ ਹੁਣ ਤਾਂ 117 ਹਲਕਿਆਂ 'ਚ ਆਪੋ ਆਪਦੇ ਭੱਜਣਾ ਪਈਆਂ ਇਸ ਲਈ ਜਿਹੜੀ ਟੱਕਰ ਆ ਸਾਡੇ ਹਿਸਾਬ ਨਾਲ ਵੀ ਕਾਂਗਰਸ ਅਤੇ ਅਕਾਲੀਆਂ 'ਚ ਰਹਿ ਜਾਂਦੀ ਆ ਉਹ ਕੰਮ ਇਆਲੀ ਸਾਹਿਬ ਨੇ ਵੀ ਬਹੁਤ ਕੀਤੇ ਨੇ ਕੰਮ ਕੈਪਟਨ ਨੇ ਵੀ ਜ਼ਿਆਦਾ ਹੁਣ 2-2.5 ਸਾਲ ਦਾ ਆਏ ਨੇ ਵੀ ਦੋ ਬੰਦਿਆਂ ਨੇ ਕੰਮ ਕੀਤਾ ਆਪ ਵਾਲੇ ਕਿਵੇਂ ਮੁਕਾਬਲੇ 'ਚ ਬਾਹਰ ਹੋ ਗਏ ਕੀ ਲੱਗਦਾ ਆਪ ਵਾਲੇ ਬਾਹਰ ਇਉਂ ਹੋ ਗਏ ਫੁਲਕਾ ਸਾਹਿਬ ਖੜ੍ਹੇ ਸੀ ਇੱਥੋਂ ਦਾਖੇ ਹਲਕੇ ਉਹਨਾਂ ਨੇ ਅੱਧ ਵਿਚਾਲੇ ਪਿੰਡ ਨੂੰ ਇੱਥੇ ਹਲਕਾ ਛੱਡਤਾ ਮੁੜ ਕੇ ਉਹਨਾਂ ਨੇ ਕਿਸੇ ਨੂੰ ਧੰਨਵਾਦ ਕਰਨ ਵੀ ਨਹੀਂ ਆਏ ਵੀ ਧੰਨਵਾਦ ਵੀ ਇਹੀ ਕਰ ਦਈਏ ਵੀ ਮੈਨੂੰ ਜਿਤਾ ਕੇ ਭੇਜਿਆ ਦਿੱਲੀ ਤੋਂ ਬੰਦਾ ਆ ਕੇ ਇੱਥੇ ਚੋਣ ਲੜੀ ਆ ਇੱਥੋਂ ਆ ਕੇ ਜਿੱਤਿਆ ਉਦੋਂ ਬਾਅਦ ਅਸਤੀਫਾ ਦੇ ਗਏ ਪਹਿਲੇ ਲੋਕੀ ਮਗਰ ਹਟ ਗਏ ਝਾੜੂ ਵਾਲੇ ਨੂੰ ਨਹੀਂ ਪੈਣੀ ਹੈਗੀ ਵੋਟ ਅੱਛਾ ਹਾਂ ਉਹ ਕੀ ਕਾਰਨ ਲੱਗਦਾ ਕਿਉਂ ਕਿਉਂ ਕਾਰਨ ਕਿ ਉਹਨੇ ਕੀਤਾ ਕੀ ਇੱਥੇ ਦਿੱਲੀ 'ਚ ਦਿਖਾਈ ਜਾਂਦੇ ਜੀ ਅੱਜ ਸਵੇਰੇ ਉਹਦਾ ਸਾਰਾ ਕੁਛ ਇਹ ਜਿਹੜਾ ਗੋਡੇ ਗੋਡੇ ਪਾਣੀ ਖੜਾ ਉਹਨਾਂ ਦੇ ਜਿਹੜੀ ਉਹ ਕਹਿੰਦਾ ਵੀ ਮੈਂ ਉਹ ਕਲੀਨਿਕ ਬਣਾਏ ਹੋਏ ਨੇ ਗਾਈਆਂ ਬੈਠੀਆਂ ਉਹਦੇ ਵਿੱਚ ਠੀਕ ਆ ਉਹ ਪਾਣੀ ਗੰਦਾ ਪਾਣੀ ਗਟਰਾਂ ਦਾ ਗੰਦਾ ਪਾਣੀ ਖੜਾ ਮੱਛਰ ਭੱਜਿਆ ਫਿਰਦਾ ਗੇੜੇ ਮਾਰਦਾ ਉਹ ਕਾਹਦੇ ਕਲੀਨਿੰਗ ਆ ਉਹ ਦਵਾਈ ਲੈਣ ਗਾਈਆਂ ਆਉਂਦੀਆਂ ਕਿ ਉੱਥੇ ਬੰਦੇ ਜਾਂਦੇ ਹੁੰਦੇ ਆ ਮੁਹੱਲਾ ਕਲੀਨਿਕ ਜਿਹੜੇ ਹਾਂ ਮੁਹੱਲਾ ਕਲੀਨਿਕ ਬਣਾਏ ਹੋਏ ਨੇ ਠੀਕ ਆ ਕਿ ਨਹੀਂ ਉਹ ਰੋਂਦੇ ਆ ਦਿੱਲੀ ਵਾਲੇ ਸਾਰੇ ਆਂਗਣਵਾੜੀ ਵਾਲੀਆਂ 7000 ਵਰਕਰ ਬੈਠੀ ਆ ਉਹ ਰੋਂਦੀਆਂ ਨੇ ਲੈ ਕੇ ਵੋਟਾਂ ਦਿੰਦੀ ਚੱਲ ਠੀਕ ਆ ਕਿ ਨਹੀਂ ਬਾਕੀ ਹਾਂ ਇਹ ਪੰਜਾਬ ਦੇ ਵਿੱਚ ਇਹਨਾਂ ਦਾ ਹੈਗਾ ਇੱਥੇ ਦੋਨਾਂ ਦਾ ਅਸੀਂ ਜਦੀ ਮੈਂ ਸੁੱਤ ਸੰਭਾਲੀ ਆ ਸਾਡੇ ਪਿੰਡ ਦੀ ਇੰਨੀ ਖਸਤਾ ਹਾਲ ਸੀਗੀ ਕਾਂਗਰਸ ਦਾ ਰਾਜ ਰਿਹਾ ਉਹਦੇ ਵਿੱਚ ਇੰਨੀ ਡਿਵੈਲਪਮੈਂਟ ਨਹੀਂ ਹੋ ਸਕੀ ਹੈ ਨਾ ਹੀ ਇੰਨੀਆਂ ਗ੍ਰਾਂਟਾਂ ਆਉਂਦੀਆਂ ਹੁੰਦੀਆਂ ਸੀਗੀਆਂ ਅਤੇ ਜਦੋਂ ਦੇ ਸਰਦਾਰ ਮਨਪ੍ਰੀਤ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਆ ਬੇਸ਼ੁਮਾਰ ਗ੍ਰਾਂਟਾਂ ਲੈਂਦੀਆਂ ਬੜੀ ਡਿਵੈਲਪਮੈਂਟ ਕੀਤੀ ਹੈ ਇਹਨਾਂ ਨੇ ਉਹ ਤੋਂ ਬਾਅਦ ਐੱਮ ਐੱਲ ਏ ਹਰੇ ਆ ਉਹ ਤੋਂ ਬਾਅਦ ਐੱਮ ਐੱਲ ਏ ਫਿਰ ਬਣੇ ਆ ਕਾਂਗਰਸ ਦਾ ਰਾਜ ਸੀ ਉਹ ਬੜੀ ਮਤਲਬ ਗਹਿਰੀ ਚੋਟ ਲੱਗੀ ਹੈ ਕਾਂਗਰਸ ਨੂੰ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹਨਾਂ ਨੇ ਇਲੈਕਸ਼ਨ ਜਿੱਤੀ ਆ ਇਹ ਕਾਂਗਰਸ ਦਾ ਰਾਜ ਹੋਵੇ ਅਤੇ ਜ਼ਿਮਨੀ ਚੋਣ ਉਹਦੇ ਵਿੱਚ ਇੱਕ ਲਾਹਣਤ ਵਾਲਾ ਕੰਮ ਹੈ ਜੇ ਇਹਨਾਂ ਨੇ ਚੇਅਰਪਰਸਨ ਚੇਅਰਮੈਨ ਹੁੰਦਿਆਂ ਦੇ ਹੋਏ ਇੰਨੀ ਡਿਵੈਲਪਮੈਂਟ ਕੀਤੀ ਤਾਂ ਇਹਨਾਂ ਦੀ ਜਿੱਤ ਹੋਈ ਮੇਰੇ ਖਿਆਲ ਪੱਕੀ ਇਹ 100% ਸ਼ਿਓਰ ਆ ਵੀ ਇੱਥੇ ਦੀ ਜਿਹੜੀ ਸੀਟ ਹੈ ਇਹ ਮਨਪ੍ਰੀਤ ਸਿੰਘ ਵਾਲੀ ਦੇ ਆਕੜੀ ਪੱਕੀ ਹੈ ਅੱਛਾ ਮੁਕਾਬਲਾ ਕਿਹਦੇ ਨਾਲ ਮੰਨਦੇ ਵਾਲੀ ਦਾ ਮੁਕਾਬਲਾ ਇਹਦਾ ਨਾਲ ਹੈਗਾ ਜੀ ਆਪਣੇ ਸੰਦੀਪ ਸਿੰਘ ਕੈਪਟਨ ਸੰਦੀਪ ਸੰਧੂ ਦੇ ਨਾਲ ਹੋਰ ਬਾਕੀ ਦਾ ਕੋਈ ਜਿਵੇਂ ਪਿਛਲੀ ਦਫ਼ਾ ਫੁਲਕਾ ਸਾਹਿਬ ਖੜ੍ਹੇ ਸੀ ਇੱਥੇ ਉਹਨੇ ਬੜੀ ਬਹੁਮਤ ਨਾਲ ਜਿੱਤੇ ਉਹ ਅਤੇ ਜਿੱਤਣ ਤੋਂ ਬਾਅਦ ਇੱਥੋਂ 2 ਸਾਲ ਬਾਅਦ ਹੀ ਉਹ ਫਰਾਰ ਹੋ ਗਏ ਇਹੀ ਹਾਲ ਹੁਣ ਜਿਹੜੇ ਆਪਣੇ ਹੁਣ ਵੀ ਜੋ ਇਹਨਾਂ ਦਾ ਝਾੜੂ ਵਾਲਿਆਂ ਦਾ ਖੜਾ ਉਹਨੂੰ ਵੋਟ ਨਹੀਂ ਇਸੇ ਬੇਸ 'ਤੇ ਵੋਟ ਨਹੀਂ ਪੈਣੀ ਹੈ ਇਹਨਾਂ ਦਾ ਆਧਾਰ ਬਿਲਕੁਲ ਖਤਮ ਹੋ ਚੁੱਕਾ ਹੁਣ ਝਾੜੂ ਵਾਲਿਆਂ ਦਾ ਦਾਖਾ ਦਾ ਜੀ ਹੁਣ ਦੋਨੇ ਪਾਰਟੀਆਂ ਨੇ ਸੰਧੂ ਨੇ ਵੀ ਕੰਮ ਕਰਵਾਇਆ ਜਾਣੀ ਹੁਣ ਕੰਮ ਦੇ ਆਧਾਰ 'ਤੇ ਸੰਧੂ 'ਤੇ ਵੀ ਹੈਗਾ ਵਾ ਪਰ ਇਆਲੀ ਪਹਿਲਾਂ ਤੋਂ ਵੀ ਮਤਲਬ ਵਿਚ ਰਿਹਾ ਹੋਇਆ ਇਆਲੀ ਦਾ ਵੀ ਪੂਰਾ ਵਾ ਜ਼ੋਰ ਇਹੋ ਜਿਹੀ ਗੱਲ ਨਹੀਂ ਇਆਲੀ ਦੇ ਵੀ ਸਮਰਥਕ ਪੂਰੇ ਆ ਵਧੀਆ ਅੱਛਾ ਇਆਲੀ ਦੀ ਵੀ ਪੂਰੀ ਗੱਲਬਾਤ ਇਹੋ ਜਿਹੀ ਗੱਲ ਅੱਛਾ ਅਤੇ ਦੋਨਾਂ 'ਚੋਂ ਇਸ ਵੇਲੇ ਦੇ ਮਾਹੌਲ ਨਾਲ ਤਕੜਾ ਕਿਹੜਾ ਲੱਗਦਾ ਹੁਣ ਤਕੜਾ ਤਾਂ ਜੀ ਹੁਣ ਇਹਨਾਂ ਨੇ ਮਤਲਬ ਜੇ ਕਹਿ ਦਈਏ ਕਹਿੰਦੇ ਵੀ ਅਸੀਂ ਆਹ ਆਧਾਰ ਦੇ ਕੰਮ 'ਤੇ ਕੀਤਾ ਸੀ ਬੱਸ ਸਟੈਂਡ ਇੰਨੇ ਚਿਰ ਤੋਂ ਸੀ ਵੀ ਅਸੀਂ ਇਹ ਲਿਆਂਦਾ ਅਸੀਂ ਉਹ ਕੀਤਾ ਅਤੇ ਇੱਕ ਇਹਨਾਂ ਨੇ ਪਹਿਲਾਂ ਗਰਾਊਂਡਾਂ ਦਾ ਕੀਤਾ 70 ਗਰਾਊਂਡਾਂ ਬਣਾਈਆਂ ਹੈ ਨਾ ਜੀ ਪ੍ਰਚਾਰ ਕੀਤਾ ਹੋਰ ਇੱਥੇ ਹੋਰ ਵੀ ਆਹ ਡਾਕਟਰ ਅੰਬੇਦਕਰ ਭਵਨ ਬਣਾਇਆ ਇਆਲੀ ਸਾਹਿਬ ਨੇ ਐਤਕੀ ਤਿੰਨਾਂ ਪਾਰਟੀਆਂ ਦਾ ਜੀ ਅੱਛਾ ਤੀਜੀ ਕਿਹੜੀ ਆਮ ਆਦਮੀ ਪਾਰਟੀ ਅੱਛਾ ਉਹਦਾ ਵੀ ਜ਼ੋਰ ਹੈਗਾ ਉਹਦਾ ਵੀ ਜ਼ੋਰ ਹੈਗਾ ਜੀ ਤਿੰਨੇ ਪਾਰਟੀਆਂ ਦਾ ਜ਼ੋਰ ਆ ਅੱਛਾ ਹਾਂਜੀ ਭਾਅ ਜੀ ਉਹਨਾਂ ਦੇ ਉਮੀਦਵਾਰ ਆਉਂਦੇ ਜਾਂਦੇ ਇਲਾਕੇ 'ਚ ਹਾਂ ਜੀ ਗੇੜਾ ਮਾਰਦੇ ਰਹਿੰਦੇ ਆ ਬੰਦੇ ਕੀ ਉਹਨਾਂ ਦਾ ਨਾਮ ਕੀ ਹੈ ਤਿੰਨਾਂ ਪਾਰਟੀਆਂ ਦੇ ਬੰਦੇ ਗੇੜੇ ਮਾਰਦੇ ਆਪਾਂ ਤਾਂ ਮਿਲੇ ਨਹੀਂ ਹੈ ਉਹਨਾਂ ਨੂੰ ਵੈਸੇ ਅੱਛਾ ਹਾਂਜੀ ਹਾਂਜੀ ਅੱਛਾ ਮਤਲਬ ਉਹਨਾਂ ਦਾ ਵੀ ਹੈਗਾ ਝਾੜੂ ਵਾਲਾ ਦਾ ਝਾੜੂ ਵਾਲਾ ਦਾ ਵੀ ਹੈਗਾ ਕਰੇਜ ਅੱਛਾ ਇਹ ਅਲੀ ਨੇ ਕੰਮ ਕੁੰਮ ਕੀਤੇ ਅਲੀ ਨੇ ਕੰਮ ਪਹਿਲਾਂ ਆਪਣੀ ਜਗ੍ਹਾ 'ਤੇ ਕੀਤੇ ਪਹਿਲਾਂ ਜਦੋਂ ਸੀਗੀ ਉਹ ਹਾਂਜੀ ਹੁਣ ਐਤਕੀ ਸੰਧੂ ਵੀ ਕਰ ਰਿਹਾ ਸੀਗਾ ਅੱਛਾ ਸੰਧੂ ਨੇ ਵੀ ਕੀਤੇ ਬਹੁਤ ਜ਼ਿਆਦਾ ਕੰਮ ਹਾਂਜੀ ਹਾਂਜੀ
ਦੋਨਾਂ ਨੇ ਕੀਤਾ ਮੁਕਾਬਲਾ ਤਿੰਨਾਂ ਦਾ ਹੀ ਐਤਕੀ ਤਿਲਕਣ ਬਾਜੀ ਆ ਦੇਖੋ ਕੀ ਲੱਗ ਰਿਹਾ ਜੀ ਕਿਹੜਾ ਲਿਜਾ ਸਕਦਾ ਦੱਖਿਓ ਝਾੜੂ ਵਾਲੇ ਲੈ ਕੇ ਜਾਣਗੇ ਜੀ ਅੱਛਾ ਹਾਂਜੀ ਹਾਂਜੀ ਕੀ ਕਰ ਲੱਗਦਾ ਕਿਉਂ ਝਾੜੂ ਵਾਲਿਆਂ ਦਾ ਇੱਕ ਹੀ ਜ਼ੋਰ ਆ ਜੀ ਉਹਨੇ ਪਹਿਲਾਂ ਫੂਲਕਾ ਸੀਗਾ ਪਰ ਉਹਦੇ ਫੂਲਕੇ ਕਰਕੇ ਮਾੜਾ ਜਿਹਾ ਡਾਊਨ ਹੈਗਾ ਵਾ ਵੀ ਸੀਟ ਛੱਡ ਗਿਆ ਕਰਕੇ ਨਹੀਂ ਊਂ ਤਾਂ ਹੈਗਾ ਵਾ ਇੱਕ ਹੀ ਹਲਕੇ ਚੋਂ ਦੌਰਾ ਮਤਲਬ ਲੋਕ ਚਾਹੁੰਦੇ ਆਮ ਆਦਮੀ ਪਾਰਟੀ ਨੂੰ ਇੱਥੇ ਬਿਲਕੁਲ ਜੀ ਪੂਰੇ ਚਾਹੁੰਦੇ ਆ ਜੀ ਆਮ ਆਦਮੀ ਪਾਰਟੀ ਨੂੰ ਹੁਣ ਫਿਰ ਮੁਕਾਬਲਾ ਕਿਹਦੇ ਨਾਲ ਹੈ ਆਪ ਵਾਲਿਆਂ ਦਾ ਦੋਨਾਂ ਨਾਲ ਹੀ ਆ ਮੁਕਾਬਲਾ ਜੀ ਸੰਧੂ ਨੇ ਹੁਣ ਸੰਧੂ ਨੇ ਵੀ ਕੰਮ ਤਾਂ ਬਹੁਤ ਕਰਾਇਆ ਕੰਮ ਹਰਿਆਲੀ ਦੇ ਬਾਹਲੇ ਕਰਾਇਆ ਹੁਣ ਲੋਕੀ ਤਾਂ 705 ਚ ਆ ਜੀ ਤਿੰਨਾਂ ਦੋਨਾਂ ਚੋਂ ਜ਼ਿਆਦਾਤਰ ਤਾਂ ਹੁਣ ਇਹ ਤਾਂ ਚੱਲ ਨਵਾਂ ਝਾੜੂ ਵਾਲਾ 705 ਤਾਂ ਹੁਣ ਹਰਿਆਲੀ ਦੇ ਬਹੁਤ ਕੀਤੇ ਹੋਏ ਦੇਖਿਆ ਜਾਵੇ ਤਾਂ ਹੁਣ ਪਹਿਲਾਂ ਹਰਿਆਲੀ ਨੇ ਕੋਈ ਰਹਿਣ ਨਹੀਂ ਦਿੱਤਾ ਕੰਮ ਇਹ ਗੱਲੋਂ ਹੁਣ ਸੰਧੂ ਵੀ ਨਹੀਂ ਛੱਡ ਰਿਹਾ ਕੋਈ ਕਸਰ ਜੀ ਹਾਂਜੀ ਹਾਂਜੀ ਸੰਧੂ ਤੁਹਾਨੂੰ ਪਤਾ ਕਿਸੇ ਪਿੰਡ ਦਾ ਜਿਹੜਾ ਮਰਜ਼ੀ ਕਾਂਗਰਸੀ ਅਕਾਲੀ ਸਰਪੰਚ ਆ ਉਹਨੇ ਗ੍ਰਾਂਟ ਪੂਰੀ ਦਿੱਤੀ ਆ ਕੰਮ ਨਹੀਂ ਰੁਕਣ ਦਿੱਤਾ ਉਹਨੇ ਐਡਾ ਮੰਡੋਲ ਆ ਦੋਨੇ ਪਾਸੇ ਉੱਧਰ ਵੀ ਜ਼ੋਰ ਪੂਰਾ ਕਾਂਗਰਸ ਵਾਲੀ ਵੀ ਜ਼ੋਰ ਪੂਰਾ ਹਾਂ ਅਜੇ ਐਤਕੀ ਡਾਵਾਂਡੋਲ ਆਉਂਦਾ ਪਤਾ ਕਿਸੇ ਦਾ ਨਹੀਂ ਹੈ ਕਿੱਧਰ ਨੂੰ ਜਾਂਦਾ ਅੱਗੇ ਪਤਾ ਲੱਗ ਜਾਂਦਾ ਸੀ 2 ਮਹੀਨੇ ਪਹਿਲਾਂ ਵੀ ਅਕਾਲੀ ਜਿੱਤ ਗਏ ਜਾਂ ਕਾਂਗਰਸ ਜਿੱਤ ਗਈ ਕਿ 2 ਪਾਰਟੀਆਂ ਸੀ ਹੁਣ 3ਜੀ ਪਾਰਟੀ ਨੇ ਪੰਗਾ ਲੈ ਲਿਆ ਹੁਣ ਲੋਕ ਭਗਵੰਤ ਮਾਨ ਨੂੰ ਯਾਦ ਕਰਦੇ ਆ ਬਈ ਇਹ ਨਵੀਂ ਪਾਰਟੀ ਆ ਜੇ ਤਾਂ ਵਧੀਆ ਗੱਲ ਕੋਈ ਫਾਇਦਾ ਹੋ ਜੂਗਾ ਆਹ ਚੱਕਰ ਆਪਣੇ ਇਲਾਕੇ 'ਚ ਹੁਣ ਕੀ ਚੱਲ ਰਿਹਾ ਮੁਕਾਬਲਾ ਕਿਹਦਾ ਕਿਹਦਾ ਚੱਲ ਮੁਕਾਬਲਾ ਮੈਂ ਤੁਹਾਨੂੰ ਦੱਸੀ ਜਾਣਾ ਦੋਨਾਂ ਦਾ ਜਾ ਰਿਹਾ ਕੇਜਰੀਵਾਲ ਦਾ ਅਤੇ ਉਹ ਭਗਵੰਤ ਮਾਨ ਦਾ ਅਤੇ ਸੰਧੂ ਦਾ ਅੱਛਾ ਹਾਂ ਇਹਨਾਂ ਦਾ ਦੋਨਾਂ ਦਾ ਮੁਕਾਬਲਾ ਕਾਂਗਰਸ ਤੇ ਆਪ ਦਾ ਹਾਂ ਕਾਂਗਰਸ ਤੇ ਆਪ ਦਾ ਤੇ ਏਆਲੀ ਨਹੀਂ ਹੈ ਮੁਕਾਬਲੇ 'ਚ ਏਆਲੀ ਦਾ ਜੇ ਨਹੀਂ ਮੁਸ਼ਕਲ ਆ ਘੱਟ ਲੱਗਦਾ ਹਾਂ ਲੋਕਾਂ ਵੈਸੇ ਤਾਂ ਜ਼ਿਆਦਾ ਤਾਂ ਸੰਦੀਪ ਦੇ ਜਾਨ ਜ਼ਿਆਦਾ ਲੱਗਦੇ ਨੇ ਅੱਛਾ ਅਤੇ ਬਾਕੀ ਮੁਕਾਬਲਾ ਆਪਸੇ ਫਸਮਾ ਇਹਨਾਂ ਦਾ ਸਾਰਿਆਂ ਦਾ ਤਿੰਨਾਂ ਦਾ ਹੀ ਤਿੰਨ ਕਿਹੜੀਆਂ ਆਪ ਪਾਰਟੀ ਹੋ ਗਈ ਅਤੇ ਕੰਗ ਸਾਹਿਬ ਜਿਹੜੇ ਹੈਗੇ ਨੇ ਉਹ ਵੀ ਚੰਗੇ ਪੜ੍ਹੇ ਲਿਖੇ ਨੇ ਡਾਕਟਰ ਸਾਹਿਬ ਹੈਗੇ ਨੇ ਅਤੇ PDC ਕਾਲਜ ਦਾਖਾ ਬਦੋਵਾਲ ਦੇ ਵਿੱਚ ਉੱਥੇ ਹੈਗੇ ਨੇ ਹੈੱਡ ਹੈਗੇ ਨੇ ਉੱਥੇ ਦੇ ਅਤੇ ਬਾਕੀ ਉਹ ਅੱਛੇ ਇਨਸਾਨ ਨੇ ਬਾਕੀ ਆਲੀ ਸਾਹਿਬ ਵੀ ਜਿਹੜੇ ਹੈਗੇ ਨੇ ਲੋਕਾਂ 'ਚ ਵਿਚਰਦੇ ਨੇ ਬਾਕੀ ਸੰਦੀਪ ਸਾਹਿਬ ਨੇ ਵੀ ਹੁਣ ਚੰਗੇ ਕੰਮ ਕਰਵਾਏ ਨੇ ਇੱਥੇ ਆ ਕੇ ਮੈਂ ਕੁਝ ਕਹਿ ਨਹੀਂ ਸਕਦੇ ਇਹਨਾਂ ਦੇ ਵਿੱਚ ਵੀ ਕਿਹੜਾ ਅੱਗੇ ਬਾਜੀ ਮਾਰ ਜਾਵੇ ਇੱਥੇ ਤਿੰਨਾਂ ਜੀ ਹੈ ਮੁਕਾਬਲਾ ਤਾਂ ਜਾਂ ਕਾਂਗਰਸ ਤਿੰਨ ਹੀ ਪਾਰਟੀਆਂ ਵਾ ਆਮ ਪਾਰਟੀ ਇੱਕ ਦੂਜਾ ਆਲੀ ਅਤੇ ਕਾਂਗਰਸ ਤਿੰਨਾਂ 'ਚ ਮੁਕਾਬਲਾ ਤਿੰਨਾਂ ਦਾ ਮੁਕਾਬਲਾ ਵਾ ਦੇਖੋ ਕਿਹੜਾ ਬਾਜੀ ਮਾਰਦਾ ਇਹ ਵਾਲੀ MLA ਸੀ ਕੰਮ ਕੀਤੇ ਉਹਨੇ ਕੰਮ ਇਹਨੇ ਬਹੁਤ ਕੀਤੇ ਜੀ ਐਵੇਂ ਕਹਿ ਦਈਏ ਅੱਛਾ ਕੰਮ ਇਹਨੇ ਕੀਤੇ ਉਹਨੇ ਉਦੋਂ ਜ਼ਿਆਦਾ ਕੀਤੇ ਆ ਅੱਛਾ ਕਿੰਨੇ ਆਹ ਹੁਣ ਆ ਜਿਹੜਾ ਸੰਧੂ ਆ ਇਹਨੇ ਵੀ ਆਹ ਸ਼ਹਿਰ ਦਾ ਵਿਕਾਸ ਬਥੇਰਾ ਕਰਾਇਆ ਅੱਛਾ ਐਵੇਂ ਕਹਿ ਦਈਏ ਫਿਰ ਹੁਣ ਕੀ ਬਣਦਾ ਕੰਮ ਦੋਵਾਂ ਨੇ ਕਰਾਏ ਇਹ ਉੱਪਰ ਵਾਲੇ ਨੂੰ ਪਤਾ ਜੀ ਆਪਾਂ ਇਹਦੇ ਬਾਰੇ ਨਹੀਂ ਕਹਿ ਸਕਦੇ ਅਸੀਂ ਤਾਂ ਕਹਿੰਦੇ ਵੀ ਇਹੀ ਲਿਜਾਵੇ ਇਹਦੇ ਵੈਸੇ ਕੰਮ ਬਹੁਤ ਵਧੀਆ ਕੀਤੇ ਆ ਬੰਦਾ ਵੀ ਵਧੀਆ ਵਾ ਕੌਣ ਸੰਧੂ ਸਾਹਿਬ ਅੱਛਾ ਅਸੀਂ ਤਾਂ ਕਹਿੰਦੇ ਬੰਦਾ ਬਹੁਤ ਵਧੀਆ ਹੈ ਅੱਛਾ ਆਉਣਾ ਚਾਹੀਦਾ ਕੰਮ ਕਰੂਗਾ ਹਾਂ ਕੰਮ ਕਰਦਾ ਵਾ ਔਰ ਕੀਤੇ ਵੀ ਆ ਠੀਕ ਆ ਮਨਪ੍ਰੀਤ ਆਲੀ ਤੁਹਾਡੇ MLA ਸੀ ਹੁਣ ਉਹਨਾਂ ਨੇ ਕੀਤੇ ਕੰਮ ਆਜ਼ਾਦੀ ਸਾਹਿਬ ਨੇ ਹੁਣ ਆਉਣਾ ਹੁਣ ਸੰਧੂ ਸਾਹਿਬ ਨੇ ਕੀਤੇ ਆ ਕੰਮ ਜਿੰਨੇ ਕੀਤੇ ਆ ਅੱਛਾ ਬੰਦਾ ਆਜ਼ਾਦੀ ਵੀ ਠੀਕ ਆ ਕਿਉਂ ਵੀ ਆਜ਼ਾਦੀ ਬੰਦਾ ਮਾੜਾ ਵਾ ਯਾਨੀ ਕੰਮ ਜ਼ਿਆਦਾ ਹੁਣ ਜਿਹੜੇ ਕੰਮ ਕੀਤੇ ਆ ਸੰਧੂ ਸਾਹਿਬ ਨੇ ਹੀ ਅੱਛਾ ਅਤੇ ਮੁਕਾਬਲਾ ਕਿਹਦਾ ਕਿਹਦਾ ਫਿਰ ਤੁਹਾਨੂੰ ਮੁਕਾਬਲਾ ਇਹਨਾਂ ਦੋਨਾਂ ਦਾ ਹੀ ਆ ਦੋਨਾਂ ਦਾ ਹੀ ਆ ਹਾਂ ਅਤੇ ਝਾੜੂ ਵਾਲੇ ਵੀ ਹੈਗੇ ਸਹੀ ਆ ਹੁਣ ਮੁਕਾਬਲਾ ਇਹਨਾਂ ਦੋਨਾਂ ਦਾ ਹੀ ਆ ਸਰ ਅਤੇ MLA ਸੀ ਕੀਤਾ ਇਹਨੇ ਕੰਮ ਨਹੀਂ ਐਤਕੀ ਤਾਂ ਸੰਧੂ ਸਾਹਿਬ ਦਾ ਜ਼ੋਰ ਜ਼ਿਆਦਾ ਰਿਹਾ ਉਹਨਾਂ ਨੇ ਡਿਵੈਲਪ ਜਿਹੜਾ ਮੁੱਲਾਪੁਰ ਜ਼ਿਆਦਾ ਕੀਤਾ ਅਤੇ ਹੁਣ ਫਿਰ ਜਿੱਤ ਦਾ ਕੌਣ ਦਿਸਦਾ ਜਿੱਤ ਦਾ ਦੇਖੋ ਜੀ ਹਵਾ ਤਿੰਨਾਂ ਵੱਲੀ ਆ ਸੰਧੂ ਸਾਹਿਬ ਥੋੜ੍ਹਾ ਜਿਹਾ ਜ਼ਿਆਦਾ ਹਵਾ ਵਾ ਇਹਨਾਂ ਦੀ ਜ਼ੋਰ ਜ਼ਿਆਦਾ ਲੱਗ ਰਿਹਾ ਸੰਧੂ ਦਾ ਵਿੱਚ ਵਿਚਰਦੇ ਆ ਜੀ ਅਤੇ ਲੋਕਾਂ ਦੀ ਦੁੱਖ ਤਕਲੀਫਾਂ ਵੀ ਪੁੱਛਦੇ ਆ ਅਤੇ ਹੱਲ ਵੀ ਕੀਤੀਆਂ ਨੇ ਕੀ ਲੱਗ ਰਿਹਾ ਜੀ ਲੋਕਾਂ ਦਾ ਮਾਹੌਲ ਕੀ ਲੱਗਦਾ ਦਾਖਾ ਕੌਣ ਜਿੱਤ ਸਕਦਾ ਐਤਕੀ ਪੂਰਾ ਫਸਵਾਂ ਮੁਕਾਬਲਾ ਬਾਕੀ ਸੰਧੂ ਸਾਹਿਬ ਨੇ ਕੰਮ ਬਹੁਤ ਕੀਤੇ ਨੇ ਗਲੀਆਂ ਹੋਰ ਸੜਕਾਂ ਸਭ ਵਧੀਆ ਬਣਾਈਆਂ ਨੇ ਪਿਛਲੀ ਵਾਰ ਆਲੀ ਸਾਹਿਬ ਨੇ ਬਣਾਈਆਂ ਸੀਗੀਆਂ ਪਾਰਕ ਪੂਰਕ ਵਧੀਆ ਬਣਾਏ ਹੈ ਮੁਕਾਬਲਾ ਕਿਹਦੇ ਕਿਹਦੇ ਮੁਕਾਬਲਾ ਪੂਰਾ ਫਸਵਾਂ ਕਾਂਗਰਸ ਅਤੇ ਅਕਾਲੀਆਂ ਦਾ ਅੱਛਾ ਝਾੜੂ ਵਾਲੇ ਝਾੜੂ ਵਾਲੇ ਵੀ ਠੀਕ ਆ ਇਹ ਨਵਾਂ ਕੰਮ ਕੋਈ ਨਹੀਂ ਕੀਤਾ ਇਹਨਾਂ ਨੇ ਜੇ ਕੋਈ ਕੰਮ ਕਰਨਗੇ ਫਿਰ ਹੀ ਪਤਾ ਲੱਗੂ ਇਹ ਆਮ ਆਦਮੀ ਤਾਂ ਜੀ ਫਿਰ ਇੱਥੇ ਜੇ ਇਹੀ ਜਿੱਤੂ ਜਾਂ ਤਾਂ ਆਮ ਆਦਮੀ ਜਾਂ ਸੰਧੂ ਅੱਛਾ ਹੋਰ 3ਜੀ ਪਾਰਟੀ ਕੋਈ ਅਕਾਲੀ ਦਲ ਏਆਲੀ ਹੈ ਨਹੀਂ ਮੁਕਾਬਲੇ 'ਚ ਨਹੀਂ ਇਹਨਾਂ ਦੇ ਵਿੱਚ ਨਹੀਂ ਹੈਗਾ ਜੀ ਅੱਗੇ ਨੂੰ ਰੋਕੋ ਦਾ ਘੱਟ ਹੈ ਸਹੀ ਇਹ ਵੀ ਨਹੀਂ ਹੈਗਾ ਪਿੰਡਾਂ 'ਚ ਰੁੱਖ ਵੱਧ ਆ
आम ज्यादा एदा इतने पचहत्तर क्योंकि इतने जोड़ी होंगी है ना वोटिंग आह बोलते फिर ज्यादा दो ही बंदे आट जैसे अली ने कम किए ਯਾਲੀ ਨੇ ਪਹਿਲਾਂ ਪਹਿਲਾਂ ਕੀਤਾ ਕੰਮ ਹੁਣ ਇਕੱਲੇ ਗਰਾਊਂਡਾਂ ਬਣਾਈਆਂ ਇਕੱਲੀਆਂ ਹਾਂਜੀ ਇਕੱਲੀਆਂ ਗਰਾਊਂਡਾਂ ਬਣੀ ਹੋਰ ਕੁਝ ਨਹੀਂ ਕੀਤਾ ਉਹਨੇ ਹੁਣ ਪਿੰਡਾਂ ਪਿੰਡਾਂ ਕੋਈ ਕੰਮ ਨਹੀਂ ਕੀਤਾ ਫਿਰ ਹੁਣ ਇਸ ਵਾਰ ਕੀ ਬਣਦਾ ਇਸ ਵਾਰ ਤਾਂ ਇਹੀ ਆਊਗਾ ਦੋਨੇ ਆਮ ਆਦਮੀ ਜਾਂ ਸੰਧੂ ਸਾਹਿਬ ਆਉਣਗੇ ਬਾਅਦ ਇਹਨਾਂ ਕੰਮ ਬਹੁਤ ਕਰਦੇ ਢਾਈਆਂ ਸਾਲਾਂ ਤੇ ਇਹਨਾਂ ਨੇ ਕੰਮ ਸੰਧੂ ਸਾਹਿਬ ਕੰਮ ਬਹੁਤ ਜ਼ਿਆਦਾ ਕਰ ਬਹੁਤ ਜ਼ਿਆਦਾ ਕੀਤੀ ਬਹੁਤ ਜ਼ਿਆਦਾ ਪਿੰਡਾਂ ਦੀ ਸ਼ਹਿਰਾਂ ਦੀ ਬਹੁਤ ਜ਼ਿਆਦਾ ਕੀਤੀ ਹੈ ਅੱਛਾ ਸੰਧੂ ਸਾਹਿਬ ਨੇ ਹਾਂਜੀ ਕੀ ਕਹਿੰਦੇ ਲੋਕ ਕਿੱਧਰ ਨੂੰ ਜਾਂਦਾ ਦਾਖਾ ਇਸ ਨੂੰ ਬਾਅਦ ਕੀ ਸੀਟ ਜੀ ਸੰਧੂ ਸਾਹਿਬ ਹੀ ਮੇਰੇ ਹਿਸਾਬ ਨਾਲ ਲੈ ਕੇ ਜਾਣਗੇ ਅੱਛਾ ਜ਼ਿਆਦਾ ਸੰਧੂ ਨੂੰ ਹੀ ਲੋਕ ਕਹਿੰਦੇ ਆ ਕਾਰਨ ਕੀ ਲੱਗਦਾ ਕਾਰਨ ਕਹਿੰਦੇ ਪਿੰਡਾਂ ਪੁੰਡਾਂ ਦੇ ਕੰਮ ਬਹੁਤ ਕੀਤੇ ਆ ਨੇ ਤੇ ਪਿੰਡਾਂ ਦੀਆਂ ਗਲੀਆਂ ਗੁਲੀਆਂ ਹੋਰ ਸੀਵਰੇ ਸੂਰ ਸਾਰੇ ਦੀ ਗੱਲ ਸੁਣਦੇ ਆ ਪਾਏ ਆ ਬਾਏ ਸੰਧੂ ਸਾਹਿਬ ਨੂੰ ਜ਼ਿਆਦਾ ਹੀ ਕਹਿੰਦੇ ਆ ਬਾਲੇ ਬੰਦੇ ਨਹੀਂ ਵੱਧ ਸੁਣਦੇ ਆ ਉਹ ਕਹਿੰਦੇ ਸਰਕਾਰ ਜੀ ਦੀ ਮਰਜ਼ੀ ਆਵੇ ਵੀ ਕੰਮ ਨੂੰ ਦੇਖ ਕੇ ਵੋਟ ਸੰਧੂ ਦਾ ਹੀ ਹੱਕ ਬਣਦਾ ਗਰੀਬ ਬੰਦੇ ਨੂੰ ਭੱਜ ਕੇ ਪੈਂਦੇ ਆ ਯਾਰ ਸੁਣ ਤਾਂ ਪੂਰੀ ਚੰਗੇ ਤਸੱਲੀ ਨਾਲ ਤਕੜੇ ਦੀ ਨਹੀਂ ਸੁਣਦੇ ਗਰੀਬ ਦੀ ਵੱਧ ਸੁਣਦੇ ਗਰੀਬ ਦੀ ਵੱਧ ਸੁਣਦੇ ਆ ਨੇ ਪਿੰਡਾਂ ਗਲੀਆਂ ਨਾਲੀਆਂ स्पष्ट कर दित्तियां गईयां ने। सब तो पहली अते वड्डी गल जो लोकां ने स्पष्ट कर दित्ती है कि दाखा विधानसभा हलके तो मुख मुकाबला कांग्रेस पार्टी अते श्रोमणी अकाली दल विचाले ही होवेगा। दाखे की सीट ते आम आदमी पार्टी नूं मुकाबले दे विच दाखे दे लोक नहीं मनते। कैप्टन संदीप सिंह संधू और मनप्रीत सिंह इयाली दे विचाले ही फसवां मुकाबला दाखे की सीट तो वेखण नूं मिल रहा है। ना तो किसी ने कैप्टन अमरिंदर सिंह दे उम्मीदवार का नाम लिया है दमनजीत सिंह मोही का, ना ही संयुक्त समाज मोर्चे के उम्मीदवार हरप्रीत सिंह मखू का किसी ने नाम लिया है। सीधी टक्कर है कांग्रेस अकालिया के विचाले। जेकर गल करिए पिंडां दी तां पिंडां दे विच मनप्रीत सिंह इयाली दा बोलबाला ज़्यादा जापदा है। शहर के जाइए तो टक्कर पूरी दोनों के जबरदस्त है। शहर के कैप्टन संदीप सिंह संधू का थोड़ा जा ज़्यादा प्रभाव जापदा है पिंडा विच इयाली दा। कह सकते हाँ कि पूरी जबरदस्त टक्कर दाखा विधानसभा हल्के तो कैप्टन संदीप सिंह संधू और मनप्रीत सिंह इयाली दी होवेगी। ये तो सन वो लोग जिन्हों के कोल असी पहुँचे पिंडां दे विच शहरां दे विच उन्होंने दसिया। हुण वारी तुहाडी है, तुसीं भी कमेंट करके दसो कि तुहानू की लगता है कि दाखे तो कौन जित सकता है, कांग्रेस अकाली दल आम आदमी पार्टी पंजाब लोक कांग्रेस जां फिर संयुक्त समाज मोर्चा। जो भी तुहानू लगता है कमेंट करके अपनी राय जरूर दिओ। जेकर इस तरह ही वख-वख विधानसभा हलकियां दे जमीनी पद्धर की सच्चाई नूं लोकां दे मूहों सच्चाई जानते रहना चाहते हो तो यूट्यूब तथा पंजाब टीवी के चैनल नूं सबसक्राइब कर लो, बैल वाला बटन जरूर दबा लेना। जेकर सर्वे तुसीं फेसबुक ते देख रहे हो तो फेसबुक ते दा पंजाब टीवी का पेज लाइक कर लो। मैं जज सिंह चाहल अगली बार फिर हाजर होवांगा। तुसीं देखते रहो पंजाब टीवी, हर खबर का सच।